ਮਾਨ ਸਾਹਿਬ ਇੱਕ ਗੱਲ ਦੱਸੋ ਕਿ ਇਸ ਹਜੇ ਫਿਲਹਾਲ ਤਾਂ ਕੋਈ ਇਹੋ ਜਿਹੀ ਗੱਲ ਨਾ ਚਰਚਾ ਮੀਡੀਆ ਚਲੀ ਜਾਂਦੀ ਹੈ ਜਾਂ ਸੋਸ਼ਲ ਮੀਡੀਆ ਚਲੀ ਜਾਂਦੀ ਹੈ। ਆਸ਼ਾ ਕੁਮਾਰੀ ਨੇ ਤਾਂ ਅਸੀਂ ਤਾਂ ਆਪ ਕਹਿਤਾ ਕੋਈ ਨਾ ਤਾਂ ਕੋਈ ਇਹੋ ਜਿਹੀ ਗੱਲ ਗੁਫਾ ਛੱਡਤਾ ਕਿਸੇ ਨੇ। ਅਸੀਂ ਵਿਰੋਧੀ ਧਿਰ ਦੇ ਵਿੱਚ ਆ, 25% ਸਾਡਾ ਵੋਟ ਬੈਂਕ ਹੈ ਅਤੇ ਅਸੀਂ ਪੰਜਾਬ ਦੇ ਜਿਹੜੇ ਭਖਦੇ ਮਸਲੇ ਨੇ ਉਹ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਂਦੇ ਹਾਂ, ਸੜਕਾਂ 'ਤੇ ਲੜ ਰਹੇ ਹਾਂ। ਮੈਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮੁੱਦੇ ਲੈ ਕੇ ਜਾਂਦਾ। ਸੋ ਕਾਂਗਰਸ ਨਾਲ ਫਿਲਹਾਲ ਅਜੇ ਤੱਕ ਤਾਂ ਕੋਈ ਵਾਈਤਾਈ ਵੀ ਨਹੀਂ ਜਿਵੇਂ ਆਪਾਂ ਕਹਿੰਦੇ ਪੰਜਾਬੀ 'ਚ। ਉਹਨਾਂ ਦੀ ਲੀਡਰ ਇਹ ਕਹਿ ਰਹੀ ਹੈ ਵੀ ਸਾਡਾ ਆਪਣਾ ਕੋਈ ਸਮਝੌਤਾ ਨਹੀਂ ਹੋਣਾ, ਨਾ ਅਸੀਂ ਕਰਨਾ ਚਾਹੁੰਦੇ, ਅਤੇ ਉਹਨਾਂ ਦਾ ਲੀਡਰ ਇਹ ਕਹਿ ਰਿਹਾ ਕਿ ਸਾਡਾ ਵੀ ਨਹੀਂ ਹੋਣਾ। ਰੌਲੇ ਕੀ ਰਹਿ ਗਿਆ ਮਾਨ ਸਾਹਿਬ? ਇੱਕ ਹਰਸਿਮਰਤ ਕੌਰ ਬਾਦਲ ਨੂੰ ਥੋੜ੍ਹੀ ਜਿਹੀ ਐਡਮਿਸ਼ਨ ਮਿਲਾਈ, ਕਹਿੰਦੇ ਸੰਸਦ ਦੇ ਵਿੱਚ ਕਈ ਸੰਸਦ ਤੁਹਾਡੇ ਤੋਂ ਬੁਕੀ ਨੇ ਔਰ ਲੈਟਰ ਦੇ ਰਹੇ ਨੇ। ਉਹ ਤਾਂ ਜੀ ਹਰਸਿਮਰਤ ਕੌਰ ਨੂੰ ਸ਼ਾਇਦ ਯਾਦਦਾਸ਼ਤ ਉਹਦੀ ਕਮਜ਼ੋਰ ਹੈ, ਕਿਹੜਾ ਲੈਟਰ ਦਿਖਾਓ। ਮੈਂ ਤਾਂ ਪਾਰਲੀਮੈਂਟ 'ਚ ਹਰ ਰੋਜ਼ ਬੋਲਦਾ, ਸਭ ਤੋਂ ਵੱਧ ਬੋਲਣ ਵਾਲਾ ਮੈਂ ਹਾਂ, ਕਦੋਂ ਕਦੋਂ ਲੈਟਰ, ਕਿਹੜਾ ਲੈਟਰ? ਉਹ ਝੂਠ ਬੋਲ ਰਹੇ ਨੇ ਬਿਲਕੁਲ। ਉਹ ਤਾਂ ਹਰਸਿਮਰਤ ਕੌਰ ਤਾਂ ਪਾਰਲੀਮੈਂਟ 'ਚ ਖੜ ਕੇ ਇਹ ਵੀ ਕਹਿ ਦਿੰਦੀ ਹੈ ਮੈਂ ਪਤਾ ਕਰੂੰਗੀ ਔਰਬਿਟ ਬੱਸ ਕੀਹਦੀ ਹੈ, ਉਹ ਬਠਿੰਡੇ ਦੇ ਵਿੱਚ ਜਾ ਕੇ ਇਹ ਵੀ ਕਹਿ ਦਿੰਦੀ ਹੈ ਮੈਂ ਪਤਾ ਕਰੂੰਗੀ ਪਰਲ ਕੰਪਨੀ ਕੀਹਦੀ ਹੈ, ਜਿਨ੍ਹਾਂ ਦੇ ਉਹ ਟੂਰਨਾਮੈਂਟ ਕਰਾ ਕੇ ਆਪ ਪ੍ਰਿਯੰਕਾ ਚੋਪੜਾ ਦਾ ਡਾਂਸ ਦੇਖਦੀ ਰਹੀ ਹੈ। ਸੋ ਉਹਨਾਂ 'ਤੇ ਕੀ ਯਕੀਨ ਕਰੋਗੇ? ਹਰਸਿਮਰਤ ਕੌਰ ਮੈਡਮ ਘਬਰਾਏ ਹੋਏ ਨੇ, ਉਹਨਾਂ ਨੂੰ ਹੁਣ ਭਗਵੰਤ ਮਾਨ ਸਾਰੇ ਟੱਬਰ ਨੂੰ ਯਾਦ ਆਉਂਦਾ, ਰਾਤ ਨੂੰ ਸੁਪਨਿਆਂ 'ਚ, ਦਿਨੇ ਭਾਸ਼ਣਾਂ 'ਚ। ਤੁਸੀਂ ਅੱਜ ਕੀ ਇਲੈਕਸ਼ਨ ਬਠਿੰਡੇ ਤੋਂ ਲੜੋਗਾ ਪ੍ਰੋਗਰਾਮ? ਇਹ ਕਿਹਨੇ ਕਿਹਾ ਜੀ ਮੈਂ ਬਠਿੰਡੇ ਤੋਂ ਲੜਨ ਦਾ ਪ੍ਰੋਗਰਾਮ? ਇਹ ਬਾਦਲਾਂ ਨੂੰ ਡਰ ਹੈ ਕਿ ਕਿਤੇ ਬਠਿੰਡੇ ਨਾ ਆ ਜਾਏ ਬਸ, ਠੀਕ ਹੈ ਨਾ। ਮੈਂ 'ਚ ਉਹਨੇ ਅੱਜ ਹਰਸਿਮਰਤ ਕੌਰ ਸੰਗਰੂਰ ਦੇ ਕਿਸੇ ਪਿੰਡ 'ਚ ਆਏ ਸੀ, ਉਹਨਾਂ ਨੇ ਚੈਲੰਜ ਕੀਤਾ ਮੈਨੂੰ ਕਿ ਮੈਂ ਸੰਗਰੂਰ ਆਉਂਦੀ ਹਾਂ, ਮੇਰਾ ਚੈਲੰਜ ਕਬੂਲ ਕਰੇ। ਮੈਂ ਤੁਹਾਡੇ ਜ਼ਰੀਏ ਹਰਸਿਮਰਤ ਕੌਰ ਦਾ ਚੈਲੰਜ ਕਬੂਲ ਕਰਦਾ, ਖਿੜੇ ਮੱਥੇ ਕਰਦਾ, ਬੀਬਾ ਮੈਂ ਸੰਗਰੂਰ ਦੇ ਲੋਕਾਂ ਨੂੰ ਛੱਡ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਇਸ ਕਰਕੇ ਤੂੰ ਆ ਜਾ ਇੱਥੇ ਸੰਗਰੂਰ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਊਗਾ। ਪਾਰਟੀ ਦਾ ਅਗਲਾ ਏਜੰਡਾ ਕੀ? ਪਾਰਟੀ ਦਾ ਏਜੰਡਾ ਪਾਰਟੀ ਨੂੰ ਸਟਰਕਚਰ ਨੂੰ ਪੂਰਾ ਮਜ਼ਬੂਤ ਕਰਕੇ 2019 ਵਾਸਤੇ ਜਾਵਾਂਗੇ। ਪੰਚਾਇਤੀ ਚੋਣਾਂ ਦੇ ਵਿੱਚ ਮੈਂ ਇੱਕ ਪਹਿਲ ਕੀਤੀ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਮੈਂ ਸੰਗਰੂਰ ਲੋਕ ਸਭਾ ਹਲਕੇ ਤੋਂ ਇਹ ਅਨਾਊਂਸਮੈਂਟ ਕੀਤੀ ਹੈ ਕਿ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਲੋਕ ਸਭਾ ਦੇ ਵਿੱਚ ਪੈਂਦੇ ਨੇ। ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੀ ਕੋਈ ਵੀ ਪਿੰਡ ਜੇ ਆਪਦੀ ਪੰਚਾਇਤ ਦੀ ਸਰਬਸੰਮਤੀ ਬਣਾਉਂਦਾ, ਜੇ ਕੋਈ ਵੀ ਪਿੰਡ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦਾ ਸਰਬਸੰਮਤੀ ਨਾਲ ਆਪਣੀ ਪੰਚਾਇਤ ਚੁਣਦਾ, ਮੈਂ ਵਿਕਾਸ ਦੇ ਕੰਮਾਂ ਲਈ ਇਨਾਮ ਦੇ ਵਜੋਂ 5 ਲੱਖ ਰੁਪਏ ਉਸ ਪੰਚਾਇਤ ਨੂੰ, ਤਾਂ ਕਿ ਪਿੰਡਾਂ ਦੀ ਜਿਹੜੀ ਧੜੇਬੰਦੀ, ਖੂਨ ਖਰਾਬੇ, ਲੜਾਈਆਂ 26-51 ਦੇ ਪਰਚਿਆਂ ਤੋਂ ਖਹਿੜਾ ਚੁੱਕ ਸਕੇ। ਕਈ ਕਾਰਨ ਰਹੇ ਹੋਣਗੇ, ਕੋਈ ਗੱਲ ਨਹੀਂ। ਹਰ ਰੋਜ਼ ਤੰਦੂਲਕਰ ਵੀ ਸੈਂਚਰੀ ਨਹੀਂ ਲਾਉਂਦਾ ਜੀ, ਅਸੀਂ ਲੜ ਰਹੇ ਹਾਂ ਵਿਰੋਧੀ ਧਿਰ 'ਚਾਂ, ਪਰ ਤੁਸੀਂ ਇਹ ਨਹੀਂ ਸੋਚ ਰਹੇ ਕਿ ਗੁਰਦਾਸਪੁਰ ਆਮ ਆਦਮੀ ਪਾਰਟੀ ਇਕੱਲੀ ਤਾਂ ਨਹੀਂ ਹਾਰੀ ਨਾ, ਅਕਾਲੀ ਦਲ ਵੀ ਹਾਰ ਗਿਆ। ਸ਼ਾਹਕੋਟ ਆਮ ਆਦਮੀ ਪਾਰਟੀ ਇਕੱਲੀ ਤਾਂ ਨਹੀਂ ਹਾਰੀ ਨਾ, ਅਕਾਲੀ ਦਲ ਵੀ ਹਾਰ ਗਿਆ। ਇਹਦਾ ਮਤਲਬ ਜਿੰਨੀਆਂ ਬਾਈ ਇਲੈਕਸ਼ਨਾਂ ਹੋਈਆਂ ਨੇ ਅਕਾਲੀ ਦਲ ਵੀ ਤਾਂ ਹਾਰਿਆ ਨਾਲ, ਉਹਨਾਂ ਦਾ ਨਾਂ ਨਹੀਂ ਲਿਆ ਜਾਂਦਾ ਕਿ ਆਮ ਆਦਮੀ ਪਾਰਟੀ ਦਾ ਨਾਂ ਇਸ ਕਰਕੇ ਲਿਆ ਜਾਂਦਾ, ਨਵੀਂ ਪਾਰਟੀ ਹੈ, ਕੁਝ ਕਮੀਆਂ ਵੀ ਰਹੀਆਂ ਹੋਣੀਆਂ, ਕੋਈ ਵੀ ਬੰਦਾ ਕੋਈ ਵੀ ਪਾਰਟੀ 16 ਕਲਾਂ ਸੰਪੂਰਨ ਨਹੀਂ ਹੈਗੀ। ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ, ਉਹਨਾਂ ਕਮੀਆਂ ਨੂੰ ਲੱਭਣ ਵਾਸਤੇ ਇਹੋ ਜਿਹੇ ਮੀਟਿੰਗ। ਤੁਸੀਂ ਸਮਝਦੇ ਹੋ ਵੀ ਪਾਰਟੀ ਦੇ ਅੰਦਰ ਆਪਸੀ ਫੁੱਟ ਵੀ ਹੈ? ਨਹੀਂ, ਇਸ ਤਰ੍ਹਾਂ ਦਾ ਕੋਈ ਪਾਰਟੀ ਦੇ ਵਿੱਚ ਨਹੀਂ, ਇਹ ਸਿਰਫ ਬਾਹਰਲੇ ਪਾਸੇ ਮੀਡੀਆ ਦੀ ਖਬਰਾਂ ਨੇ, ਪਰ ਪਾਰਟੀ ਦੇ ਵਿੱਚ ਬਿਲਕੁਲ ਇੱਕਜੁੱਟ ਹੋ ਕੇ ਅਸੀਂ ਸਾਰੇ ਲੜ ਰਹੇ ਹਾਂ। ਹਾਂ, ਹਰੇਕ ਨੂੰ ਗੱਲ ਕਹਿਣ ਦਾ ਹੱਕ ਹੈ, ਇੰਨ ਪਾਰਟੀ ਡੈਮੋਕ੍ਰੇਸੀ ਹੈ ਪਾਰਟੀ 'ਚ। ਇਹ ਨਹੀਂ ਹੈਗਾ ਕਿ ਰਾਹੁਲ ਗਾਂਧੀ ਦੇ ਖਿਲਾਫ਼ ਕੋਈ ਬੋਲ ਹੀ ਨਹੀਂ ਸਕਦਾ ਜਾਂ ਸੁਖਬੀਰ ਦੇ ਖਿਲਾਫ਼ ਕੋਈ ਗੱਲ ਕਹਿੰਦੇ ਪਾਰਟੀ 'ਚੋਂ ਕੱਢ ਦਿੰਦੇ ਨੇ। ਸਾਡੀ ਪਾਰਟੀ ਦੇ ਵਿੱਚ ਇਹ ਹੈ ਕਿ ਆਪਣਾ ਪੱਖ ਰੱਖਣ ਦਾ ਹਰੇਕ ਨੂੰ ਹੱਕ ਹੈ। ਨਹੀਂ, ਜਿਵੇਂ ਸ਼ਾਹਕੋਟ ਦੀ ਇਲੈਕਸ਼ਨ 'ਚ ਤੁਸੀਂ ਆਪ ਵੀ ਨਹੀਂ ਗਏ ਉੱਥੇ? ਮੈਂ ਸ਼ਾਹਕੋਟ ਦੀ ਇਲੈਕਸ਼ਨ ਅਨਾਊਂਸ ਕਰਨ ਤੋਂ ਪਹਿਲਾਂ ਹੀ ਪਾਰਟੀ ਤੋਂ ਛੁੱਟੀ ਲਈ ਸੀ, ਮੇਰੇ ਕੁਝ ਨਿੱਜੀ ਜਿਹੜੇ ਪਰਿਵਾਰਕ
ਰਜੀ ਮੈਂ ਕਰਕੇ ਮੈਂ ਬਾਹਰ ਸੀਗਾ ਕੰਟਰੀ 'ਚ। ਅਗਰ ਕੋਈ ਪਾਰਟੀ ਦੀ ਆਪਸੀ ਕੋਈ ਆਉਂਦੀ ਹੈ ਹਾਂਜੀ, ਅਗਰ ਕੋਈ ਪਾਰਟੀ ਦੀ ਆਪਸ ਦੀ ਕੋਈ ਗੱਲਬਾਤ ਆਉਂਦੀ ਹੈ ਸਾਹਮਣੇ ਤਾਂ ਉਹਦੇ 'ਤੇ ਕੋਈ ਐਕਸ਼ਨ ਦਿੱਤਾ ਜਾਵੇ? ਕਿਵੇਂ ਜੀ? ਪਾਰਟੀ ਦੀ ਅਗਰ ਅੰਦਰੂਨੀ ਫੁੱਟ ਕੋਈ ਸਾਹਮਣੇ ਆਉਂਦੀ ਹੈ ਉਹ ਤਾਂ ਸਾਡੀ ਡਿਸਿਪਲਿਨਰੀ ਕਮੇਟੀ ਹੈਗੀ, ਉਹ ਜੇ ਪਾਰਟੀ ਦੇ ਅੰਦਰੂਨੀ ਜੇ ਕੋਈ ਡਿਸਿਪਲਿਨ ਨੂੰ ਭੰਗ ਕਰਦਾ ਉਹਦੇ ਵਾਸਤੇ ਸਾਡੀ ਡਿਸਿਪਲਿਨਰੀ ਕਮੇਟੀ ਬਣੀ ਗਈ ਹੈ। ਐਕਚੁਅਲੀ ਵਲੰਟੀਅਰਾਂ ਨੂੰ ਮਿਲਣਾ ਹੈ, ਵਰਕਰਾਂ ਨੂੰ ਮਿਲਣਾ ਹੈ, ਸ਼ਿਕਵੇ ਸ਼ਿਕਾਇਤਾਂ ਹੋਣਗੀਆਂ ਉਹਨਾਂ ਦੀਆਂ, ਕਿਉਂਕਿ ਇਹ ਹਲਕਾ ਜਿਹੜਾ ਫਤਿਹਗੜ੍ਹ ਸਾਹਿਬ ਲੋਕ ਸਭਾ ਦਾ ਇਹ ਜਿਹੜਾ ਕਿਉਂਕਿ ਇੱਥੋਂ ਦਾ ਐਮ ਪੀ ਜਿਹੜਾ ਉਹ ਬਾਗੀ ਹੈ ਅਤੇ ਸਸਪੈਂਡਡ ਚੱਲ ਰਹੇ ਨੇ ਅਤੇ ਇਸ ਕਰਕੇ ਲੋਕਾਂ ਨਾਲ ਸੰਪਰਕ ਦੀ ਥੋੜ੍ਹੀ ਤਾਲਮੇਲ ਦੀ ਕਮੀ ਹੈ। ਸੋ ਉਹਨੂੰ ਧਮੋਟ ਸਾਹਿਬ ਰਣਜੀਤ ਧਮੋਟ ਜੀ ਸਾਡੇ ਜਿਹੜੇ ਇਸ ਹਲਕੇ ਨੂੰ ਦੇਖਦੇ ਨੇ ਅਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਆਪਾਂ ਇਸ ਖੰਨਾ ਦੁਰਾਹਾ ਹਲਕੇ ਦੇ ਵਲੰਟੀਅਰ ਨੂੰ ਇਕੱਠੇ ਕਰਕੇ ਮਿਲਦੇ ਹਾਂ, ਰੂਬਰੂ ਉਹਨਾਂ ਨਾਲ ਗੱਲ ਕਰਨਾ। ਮਤਲਬ ਜਿਹੜੇ ਵਲੰਟੀਅਰ ਤੁਹਾਡੇ ਜਦੋਂ ਇਲੈਕਸ਼ਨ ਹੋਏ ਨੇ ਬਾਗੀ ਹੋ ਗਏ ਸੀਗੇ, ਕਿ ਉਹਨਾਂ ਨੂੰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨੇ? ਸਾਰੇ ਵਲੰਟੀਅਰ ਦੇਖੋ ਜਿਹੜੇ ਇਨਕਲਾਬ ਦੇ ਨਾਲ ਜੁੜੇ ਨੇ, ਛੋਟੇ ਮੋਟੇ ਸ਼ਿਕਵੇ ਹੁੰਦੇ ਨੇ ਉਹ ਘਰਾਂ 'ਚ ਵੀ ਹੋ ਜਾਂਦੇ ਨੇ ਅਤੇ ਅਸੀਂ ਸਾਰਿਆਂ ਨੂੰ ਵੈਲਕਮ ਕਰਾਂਗੇ ਕਿ ਆਪਾਂ ਇਕੱਠੇ ਹੋ ਕੇ ਦੁਬਾਰਾ ਇਸ ਪੰਜਾਬ ਨੂੰ ਇਹਨਾਂ ਭ੍ਰਿਸ਼ਟਾਚਾਰ ਲੋਕਾਂ ਦੇ ਚੁੰਗਲ 'ਚੋਂ ਛੁਡਾਈਏ। ਮਾਨ ਸਾਹਿਬ, ਇੱਕ ਆਮ ਸੋਸ਼ਲ ਮੀਡੀਆ ਦੇ ਉੱਪਰ ਤਾਂ ਜਿਹੜੀਆਂ ਦੂਜੀਆਂ ਪਾਰਟੀਆਂ ਪ੍ਰੋਪਗੈਂਡਾ ਵੀ ਕਹਿ ਸਕਦਾ ਮੈਂ ਕਰ ਰਹੇ ਨੇ ਕਿ ਜਿਹੜੀ ਆਮ ਪਾਰਟੀ ਆ ਬਿਲਕੁਲ ਖਤਮ ਹੋ ਚੁੱਕੀ ਹੈ। ਨਹੀਂ, ਇਹ ਇਹਨਾਂ ਦਾ ਭੁਲੇਖਾ ਹੈ, ਇਹ ਇਹਨਾਂ ਦੀ ਗਲਤ ਫਹਿਮੀ ਹੈ। ਇਹ ਸੁਖਬੀਰ ਬਾਦਲ ਦਿੱਲੀ ਜਾ ਕੇ ਵੀ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਅਤੇ ਉੱਥੋਂ 67 ਸੀਟਾਂ ਜਦੋਂ ਆ ਗਈਆਂ ਉਸ ਤੋਂ ਬਾਅਦ ਉਹਨਾਂ ਦੀ ਮੇਰੇ ਖਿਆਲ 'ਚ ਜ਼ੁਬਾਨ ਬੰਦ ਹੋ ਗਈ ਸੀ। ਸੋ ਇਸ ਕਰਕੇ ਪਹਿਲਾਂ ਵੀ ਕਹਿੰਦੇ ਸੀਗੇ ਤਾਂ ਆਮ ਆਦਮੀ ਪਾਰਟੀ ਤੱਕ ਪਾਣੀ ਦਾ ਬੁਲਬਲ ਹੈ, ਜਦੋਂ 4 ਸੀਟਾਂ ਆਈਆਂ ਸੁਖਦੇਵ ਸਿੰਘ ਢੀਂਡਸੇ ਵਰਗੇ ਨੇ ਜ਼ਮਾਨਤਾਂ ਜ਼ਬਤ ਹੋ ਗਈਆਂ ਉਹ ਤੋਂ ਬਾਅਦ ਉਹ ਬੋਲੇ ਨਹੀਂ। ਸੋ ਇਹ ਦੋਨੇ ਪਾਰਟੀਆਂ ਆਪਸ 'ਚ ਰਲੀਆਂ ਹੋਈਆਂ ਨੇ, ਅਕਾਲੀ ਅਤੇ ਕਾਂਗਰਸੀ, ਇਹ ਆਪਸ ਦੇ ਵਿੱਚ ਰਲ ਕੇ ਲੜਦੇ ਨੇ। ਕੈਪਟਨ ਅਮਰਿੰਦਰ ਸਿੰਘ ਲੰਬੀ ਲੜਨ ਗਏ ਤਾਂ ਕਿ ਕਾਂਗਰਸ ਦੀ ਵੋਟ ਜਿਹੜੀ ਹੈ ਉਹ ਕਾਂਗਰਸ ਨੂੰ ਖੜ ਜੇ ਤਾਂ ਕਿ ਬਾਦਲ ਸਾਹਿਬ ਜਿੱਤ ਸਕਣ। ਰਵਨੀਤ ਬਿੱਟੂ ਇਹਨਾਂ ਨੇ ਜਲਾਲਾਬਾਦ ਭੇਜਿਆ ਤਾਂ ਕਿ ਕਾਂਗਰਸ ਦੀ ਵੋਟ ਕਾਂਗਰਸ ਨੂੰ ਖੜ ਜੇ ਕਿਤੇ ਭਗਵੰਤ ਮਾਨ ਸੁਖਬੀਰ ਬਾਦਲ ਨੂੰ ਹਰਾ ਦੇ। ਸੋ ਆਪਸ 'ਚ ਸਾਰੇ ਇਕੱਠੇ ਨੇ ਰਲੇ ਹੋਏ ਨੇ, ਇਹਨਾਂ ਨੂੰ ਡਰ ਹੀ ਆਮ ਆਦਮੀ ਪਾਰਟੀ ਤੋਂ ਹੈ। ਆਮ ਆਦਮੀ ਪਾਰਟੀ ਇਹ ਕਿਸੇ ਬੰਦੇ ਨੇ ਇੱਕ ਬੰਦੇ ਨੇ ਬਣਾਈ ਹੋਈ ਪਾਰਟੀ ਨਹੀਂ, ਇਹ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਹੈ, ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ ਹੋਈ ਪਾਰਟੀ ਹੈ, ਇਹ ਖਤਮ ਨਹੀਂ ਹੋ ਸਕਦੀ, ਇਹਨਾਂ ਦਾ ਭੁਲੇਖਾ ਹੈ। ਮਾਨ ਸਾਹਿਬ, ਜਦੋਂ ਕੇਜਰੀਵਾਲ ਦੇ ਉੱਪਰ ਮਾਫੀਨਾਮੇ ਦੀ ਗੱਲ ਹੋਈ ਸੀ, ਤੁਸੀਂ ਵੀ ਜਿਹੜਾ ਹੈ ਕੁਛ ਕਦਮ ਪਿੱਛੇ ਹਟਾਲੇ ਦੀ ਪਾਰਟੀ ਤੋਂ, ਕੀ ਕਾਰਨ ਸੀ ਅਤੇ? ਨਹੀਂ, ਉਹਨਾਂ ਦੀ ਜਿਹੜੀ ਮਾਫੀ ਹੈ ਉਹਦੇ ਨਾਲ ਮੇਰੀ ਸਹਿਮਤੀ ਨਹੀਂ, ਅੱਜ ਵੀ ਨਹੀਂ ਹੈਗੀ ਅਤੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਤੋ ਪੰਜਾਬ ਦੀ ਟੀਮ ਜਿਹੜੀ ਹੈ ਉਹ ਲੜ ਰਹੀ ਹੈ, ਪਰ ਅਰਵਿੰਦ ਕੇਜਰੀਵਾਲ ਜੀ ਦੀ ਮਾਫੀ ਮੰਗਣ ਦਾ ਮਤਲਬ ਇਹ ਨਹੀਂ ਹੈਗਾ ਕਿ ਮਜੀਠੀਆ ਨੂੰ ਕਲੀਨ ਚਿੱਟ ਮਿਲ ਗਈ, ਅਸੀਂ ਲੜਾਂਗੇ। ਹਾਂ, ਉਹਨਾਂ ਦੀ ਕੋਈ ਲੀਗਲ ਮਜਬੂਰੀ ਰਹੀ ਹੋਗੀ ਕਿ ਇੰਨੇ ਜ਼ਿਆਦਾ ਰੁਝੇਵੇਂ ਨੇ ਕਿ ਦਿੱਲੀ ਸਰਕਾਰ ਵੱਲ ਧਿਆਨ ਘੱਟ ਦਿੱਤਾ ਜਾਂਦਾ ਸੀ। ਸੋ ਅਸੀਂ ਮਜੀਠੀਆ ਜਿੰਨਾ ਚਿਰ ਜੇਲ੍ਹ 'ਚ ਨਹੀਂ ਜਾਂਦਾ ਅਸੀਂ ਆਖਰੀ ਦਮ ਤੱਕ ਲੜਾਂਗੇ। ਨਹੀਂ, ਤੁਸੀਂ ਮੰਨਦੇ ਹੋ ਵੀ ਜਿਹੜਾ ਨਸ਼ੇ ਦੀ ਗੱਲ ਹੈ ਵੀ ਮਜੀਠੀਆ ਇਹਦੇ ਵਿੱਚ STF ਦੇ ਕੇਸ ਚੱਲ ਰਹੇ ਨੇ ਜੀ? ਹੁਣ ਕਰੀਏ ਕੀ? ਦੁੱਖ ਦੀ ਗੱਲ ਇਹ ਹੈ, ਪੰਜਾਬ ਦੀ ਬਦਕਿਸਮਤ ਇਹ ਹੈ ਕਿ ਹੁਣ ਉਹਦਾ ਚਾਚਾ ਆ ਗਿਆ ਸੱਤਾ ਦੇ ਵਿੱਚ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਕੁਛ ਕਰਦਾ। ਸੋ ਕੇਸ ਚੱਲਦੇ ਨੇ, ED ਕੋਲ ਕੇਸ ਚੱਲ ਰਿਹਾ, ਹੁਣ ਹਾਈ ਕੋਰਟ ਤੱਕ ਮਾਮਲਾ ਗਿਆ ਹੋਇਆ, ਉਮੀਦ ਕਰਦੇ ਹਾਂ ਕਿ ਕੋਰਟ ਦੇ ਵਿੱਚੋਂ ਜਸਟਿਸ ਮਿਲੂਗਾ। ਮਾਨ ਸਾਹਿਬ, ਇੱਕ ਛੋਟੇ ਲੈਵਲ ਦੀ ਗੱਲ ਹੈ, ਜਿਵੇਂ ਅੱਜ ਮੀਟਿੰਗ ਤੁਹਾਡੇ ਜ਼ਿਲ੍ਹਿਆਂ ਦੀ ਹੋ ਰਹੀ ਹੈ, ਉਰੇ ਦੀ ਲੋਕਲ ਹੈ, ਇੱਥੇ ਵੀ ਬਹੁਤ ਜ਼ਿਆਦਾ ਜਿਹੜੀ ਆਪਸ 'ਚ ਫ੍ਰੈਕਸ਼ਨਬਾਜ਼ੀ ਹੈ, ਆਪਸ 'ਚ ਗਰੁੱਪਬਾਜ਼ੀ, ਤੁਹਾਡੇ ਗਰੁੱਪ ਇਹਦੇ ਵਿੱਚ ਜਿਹੜੀ ਪਾਰਟੀ ਹੈ ਬਹੁਤ ਜ਼ਿਆਦਾ ਫੈਲ ਚੁੱਕੀ ਹੈ, ਇਹ ਵੀ ਇਹਨੂੰ ਸੈੱਟ ਕਰਨ ਦੀ ਕੁਛ ਹੈ? ਇੱਕ ਇੰਡੀਆ ਦੀ ਕੋਈ ਐਸੀ ਪਾਰਟੀ ਦੱਸ ਦਊਂਗੇ ਜਿਹਦੇ 'ਚ ਗਰੁੱਪਿਜ਼ਮ ਹੈ ਨਹੀਂ? ਇੱਧਰ ਭੱਠਲ ਗਰੁੱਪ ਹੈ, ਪ੍ਰਤਾਪ ਬਾਜਵਾ ਗਰੁੱਪ ਹੈ, ਸੁਨੀਲ ਜਾਖੜ ਗਰੁੱਪ ਹੈ, ਕੈਪਟਨ ਗਰੁੱਪ ਹੈ। ਸੋ ਇਹ ਪਰਿਵਾਰ ਦੇ ਵਿੱਚ ਵੀ ਹੁੰਦਾ। ਸੋ ਇਹ ਕੋਈ ਗੱਲ ਨਹੀਂ, ਜਿਹੜੇ ਜਿਹੜੇ ਵੀ ਜੋ ਵੀ ਉਹਨਾਂ ਦੇ ਕੋਈ ਗ੍ਰੀਵੈਂਸਿਸ ਨੇ, ਉਹਨਾਂ ਦੀਆਂ ਸ਼ਿਕਾਇਤਾਂ ਨੇ, ਸ਼ਿਕਵੇ ਨੇ, ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ।